ਇਹਦੀ ਯਾਦਾਸ਼ਤ ਕਮਜ਼ੋਰ ਹੈ, ਸੱਸ ਨੂੰ ਪੁੱਛੀ ਜਾਣ ਡਿਆ ਤੁਹਾਡਾ ਵਿਆਹ ਹੋਇਆ। ਮਿੰਟਾ ਨੂੰ ਘਰ ਬਾਹਰੋਂ ਘੜੀ ਆਈ, ਉਹ ਕਹਿੰਦਾ ਯਾਰ ਗਿਫਟ ਵਾ ਮੇਰੇ ਲੋਕ, ਕਹਿੰਦਾ ਨਹੀਂ ਯਾਰ ਮੇਰਾ ਲਾਇਸੈਂਸ ਨਹੀਂ ਹੈ। ਯਾਦਾਸ਼ਤ ਕਮਜ਼ੋਰ ਫਰੀਦ ਆਪਣੇ ਆਪ ਨੂੰ ਕਹੀ ਜਾਣ ਡਿਆ, ਹੈਲੋ ਅੱਜ ਤੋਂ ਬਾਅਦ ਇੱਥੇ ਨਜ਼ਰ ਨਾ ਆਵੇ। ਮਿੱਠੇ ਨੇ ਇਲੈਕਸ਼ਨ ਲੈਣਾ ਸੀ ਤੇ ਬੋਕਸਿੰਗ ਕਲੱਬ ਤੋਂ ਪਾ ਕੇ ਦਿੰਦੇ ਆ। याद तेरी आएगी मुझको बड़ा सताएगी, जिद ये झूठी तेरी मेरी जान लेके जाएगी। याद तेरी आएगी मुझको बड़ा सताएगी। थोड़ी जी गल्लां विच कर लो, कॉपीराइट आ जाना अंतरे दा नाल ही कह सकदे। बुझ गया सूरज चले चांद तारे, नजरें धुआं है धुआं सारे नजारे, मुझे दिल लगाने की क्या तूने सजा दी, बिना सोचे समझे दिल की दुनिया जला दी, दुनिया जला दी। याद तेरी आएगी, याद तेरी, याद तेरी आएगी मुझको बड़ा सताएगी, दीदी झूठी तेरी मेरी जान लेके जाएगी। यार एदा ना और तानू करो जिथे हम जो एडिटिंग रूम होंगे ने चैनलों ने 24 घंटे इन्हों च एसी चलता डेढ़ लाख बिल देना सवा लाख का कैमरा नहीं नवा लेना। बाहर ठंड हो गई है 40% ये छापर लवा दो ਕਿਹੜਾ ਜੱਟ ਆ ਖੁਦਾ ਦੀ ਕਸਮ, ਜੱਟ ਆ ਕਹਿੰਦਾ ਮੈਂ ਚੀਮਾ ਵਾ, ਕਹਿੰਦਾ ਮੈਂ ਮੁਗਲ ਆ, ਉਹ ਕਹਿੰਦਾ ਮੈਂ ਗੁੱਜਰ ਆ। ਮਿਲਿਆ ਵਾਕਈ ਮੈਨੂੰ ਨਾ ਗੁੱਜਰ ਪਿੱਛੋਂ ਪਿੱਛੋਂ ਲੱਗਦਾ, ਪਿੱਛੋਂ ਪਿੱਛੋਂ ਡਗਰਾ ਭੁੱਲ ਕੇ ਡਗਰਾ ਇੱਧਰ ਸ਼ੇਖਾਂ ਦੇ ਸਿੱਧਾ ਮੋਰਿਆਂ ਤੇ ਪੈ ਰਿਹਾ ਠੰਡੀ ਵਾ, ਪੂਰੀ ਪੂਰਾ ਭਾਰ ਚੱਕਿਆ ਨਹੀਂ ਖਿੱਚੇ ਜਾ ਰਹੇ ਆ। ਲੇਕਿਨ ਇਹ ਹਿੰਮਤ ਆ ਨਾ ਕਿ ਸ਼ੋਅ ਕਰਨਾ ਭਾਈ ਯਾਰ, ਇਹਦੀ ਜਿਹੜੀ ਆ ਨੀ ਡਾਇਰੈਕਸ਼ਨ ਥਰੋ ਵਾਲੀ ਡਾਇਰੈਕਸ਼ਨ, ਇਹਨੂੰ ਥੋੜਾ ਜਿਹਾ ਇੰਜ ਕਰ ਦੋ ਨਾ ਤੁਸੀਂ ਤੇ ਉੱਪਰ ਨੂੰ ਜਾਈ ਜਾਵੇ, ਉਹ ਵੱਜਣ ਵੀ ਤੇ ਸਿੱਧੀ ਸਭ ਤੋਂ ਬਹੁਤੀ ਮੇਰੇ ਕੰਨਿਆਂ ਦੇ ਭਾਰ ਆ ਹਵਾ। ਹਾਂ ਆਊਟਡੋਰ ਅੰਦਰ ਲੈ ਕੇ ਜਿੱਦਾਂ ਮਾਰੀ ਚਲਾਓ, ਲੇਕਿਨ ਸਮ ਟਾਈਮ ਇਨਸਾਨ ਹੋਣ ਦੇ ਨਾਤੇ ਕਿਸੇ ਟਾਈਮ ਤਬੀਅਤ ਨਹੀਂ ਅਥਰੇ ਨੀ, ਤੁਸੀਂ ਅਥਰੇ ਗਾਮਾ ਅਥਰੇ ਨੇ ਅਥਰੇ ਆ ਚਲੋ ਪਤਾ ਨੀ ਫਿਰ ਮੈਨੂੰ। ਲੋ ਜੀ ਭੈਣ ਤੁਸੀਂ ਹੁਣ ਇਸੇ ਕੰਮੇ ਲੱਗੇ ਰਹਿਣਾ, ਉਧਰ ਹੀ ਵੇਖੀ ਜਾਂਦੇ ਆ ਸਾਜੀ। ਜਾਦੂਗਰ ਸੀਗਾ ਕੌਣ? ਜਾਦੂ ਨਾ ਬੁੜੇ ਦਾ ਮੂੰਹ ਪਿੱਛੇ ਨੂੰ ਕਰਕੇ ਤੇ ਆਪ ਨਾਨਕਾ ਨਿਕਲ ਗਿਆ ਤੇ 6 ਮਹੀਨੇ ਪਿੱਛੇ ਨੂੰ ਰਿਹਾ ਉਹ ਬੇਚਾਰਾ। ਹਾਲੇ ਵੀ ਓਦਾਂ ਹੀ ਆ, ਇੱਧਰ ਉਹਨੇ ਹਾਰ ਪਾਇਆ ਸੀ ਪਿੱਛੇ ਸਿਹਰਾ ਲਾਇਆ।
ਰੋਟੀ ਖਾ ਕੇ ਲੋਕਾਂ ਨੂੰ ਕਹਿੰਦਾ ਮੇਰਾ ਲੱਕ ਭਰ ਗਿਆ ਬਾਈ ਪਿੱਛੇ ਵੇਖ ਕੇ ਕਹਿੰਦਾ ਯਾਰ ਅੱਗੇ ਵੇਖੀ ਨਾਲੀ ਤੇ ਨਹੀਂ ਇੱਕ ਬੰਦਾ ਕਹਿੰਦਾ ਯਾਰ ਇੱਧਰ ਆ ਸਾਲੇ ਮਿਲ ਤੇ ਉਹਨੂੰ ਕਹਿੰਦੇ ਆ ਜਾ ਉੱਤੋਂ ਲੱਗਦਾ ਹੁੰਦਾ ਆਉਣ ਡਿਆ ਥੱਲੋਂ ਲੱਗਦਾ ਜਾਣ ਡਿਆ ਪਿੱਛੋਂ ਇੱਕ ਬੰਦੇ ਨੇ ਬਤਮੀਜ਼ੀ ਕੀਤੀ ਕਹਿੰਦਾ ਸਾਹਮਣੇ ਆ ਗੱਲ ਕਰ ਇਹ ਆਪਾਂ ਉਹਦਾ ਬੇਵਕੂਫੀ ਟੀਵੀ ਦੇ ਅਲਟੀਨੇ ਦੇ ਨਾਲ ਕੁੱਕੜੀਆਂ ਖੁੱਡੇ ਚ ਪਾ ਦਿੰਦੇ ਉਹ ਟੀਵੀ ਵਾਸਤੇ ਹੁੰਦਾ ਆ ਲੈ ਦੱਸ ਯਾਰ ਮੇਰੀ ਫਰੀਦ ਸੱਚੀ ਮੁੱਚੀ ਜਾਦੂਗਰ ਸੀ ਉਸਤਾਦ ਜੀ ਉਹ ਦੋ ਭਰਾ ਨੀ ਜਿਹੜੇ ਇਹਨੇ ਆਪਣੇ ਭਰਾ ਦੇ ਨਾਲ ਜਾਦੂ ਕੀਤਾ ਉਹਨੂੰ ਲੰਮੇ ਪਾ ਕੇ ਨਾ ਬਾਕਸ ਦੇ ਵਿੱਚ ਪਾ ਕੇ ਤਲਵਾਰ ਦੇ ਨਾਲ ਨਾ ਹਾਰੀ ਨਾਲ ਉਹ ਕੱਟ ਗਏ ਨਾ ਆਹੋ ਦੋ ਕਰਕੇ ਕਹਿੰਦਾ ਗਲਤ ਹੋ ਗਿਆ ਉਹ ਦੂਜਾ ਮੈਨੂੰ ਯਾਦ ਹੀ ਨਹੀਂ ਜੋੜਨ ਵਾਲਾ ਯਾਦ ਹੀ ਨਹੀਂ ਅੱਜ ਯਾਦ ਆ ਚਲੇ ਗਈ ਸੀ ਇੱਥੇ ਬਦਾਮ ਬਣ ਕੇ ਫਿਰਨ ਦਿਆ ਲੈ ਅੱਛਾ ਕਾਲੂ ਐਡਾ ਨੈਸ਼ ਹੈ ਇਹਦੀ ਵਿੱਚ ਵਿੱਚ ਗੱਲ ਜਿਹੜੀ ਨਾ ਜਿਹੜੀ ਉਹ ਇਦਾਂ ਦੀ ਹੁੰਦੀ ਆ ਕਿ ਉਹ ਫਿਰ ਵਾਇਰਲ ਹੁੰਦੀ ਆ ਹਾਂਜੀ ਹਾਂਜੀ ਸਾਜੀ ਅਸੀਂ ਮੈਂ ਕਿੰਨੀਆਂ ਫਿੱਕੀਆਂ ਕਰ ਜਾਂਦਾ ਵਾ ਤੂੰ ਤੇ ਫੇਰ ਕਿਤੇ ਕਿਤੇ ਮੈਂ ਹਰ ਕਿਤੇ ਕਿਤੇ ਨਹੀਂ ਲੇਕਿਨ ਵਿੱਚ ਵਿੱਚ ਇਦਾਂ ਦੀ ਟਕਾਵਣੀ ਕਰਦਾ ਕਿ ਸਾਜੀ ਉਹ ਵਾਇਰਲ ਹੁੰਦੀ ਹੈ ਔਰ ਬੜੀਆਂ ਜਗ੍ਹਾ ਤੇ ਫਿਰ ਉਹ ਸੁਣਾਈ ਜਾਂਦੀ ਹੈ ਔਰ ਅਲਹਮਦੁਲਿਲਾ ਹਾਈਲਾਈਟ ਤੇ ਚੱਲਦੀ ਹੈ ਜੀ ਬਿਲਕੁਲ ਹੁਣ ਕੀ ਕਿਹਾ ਯਾਦਦਾਸ਼ਤ ਕਮਜ਼ੋਰ ਹੋ ਗਈ ਬਦਾਮ ਬਣੇ ਤੇ ਪਰਬੀਆਂ ਨਹੀਂ ਮਫਰਲ ਦੇ ਵਿੱਚ ਪੂਰੇ ਬਦਾਮਾਂ ਦੀ ਗਿਰੀਆਂ ਰੱਖ ਕੇ ਨਾ ਉਹਨੂੰ ਸੀ ਕੇ ਤੇ ਇੱਥੇ ਬੰਨਿਆ ਪੂਰਾ ਕਾਲੂ ਉਹਦੇ ਨਾਲ ਹੀ ਨਾਲਾ ਪਾਉਂਦੇ ਆ ਉਹ ਕਾਹਦੀ ਹੁੰਦੀ ਆ ਯਾਰ ਵੈਸੇ ਉਹ ਬਿਲਕੁਲ ਅਗਰ ਲੱਥੀ ਹੋਵੇ ਤੇ ਉਸਤਾਦ ਜੀ ਨਾਲੇ ਪਾਉਣੀ ਭੋਰਾ ਸ਼ੁਕਰ ਯਾਰ ਬਸ ਉਹਨੂੰ ਮਿੱਠੇ ਦੀ ਯਾਦਾਸ਼ ਕਮਜ਼ੋਰ ਸੀ ਮਿੱਠੇ ਦੀ ਦਸ ਸਕਿੰਟ ਬਾਅਦ ਹੀ ਭੁੱਲ ਜਾਂਦਾ ਗੱਲ ਦਸ ਸਕਿੰਟ ਪੰਜ ਸਕਿੰਟ ਬਾਅਦ ਹੀ ਬੁੱਢੀ ਦੇ ਬੱਚੇ ਨੂੰ ਲੈ ਕੇ ਬੱਸ ਚ ਚੜਿਆ ਵਾ ਪਹਿਲੇ ਆਪ ਆਇਆ ਇੱਥੇ ਬਹਿ ਤੂੰ ਠੀਕ ਆ ਇੱਥੇ ਮੁੰਡੇ ਨੂੰ ਪਰਲੀ ਸਾਈਡ ਤੇ ਪਾ ਦੇ ਉਰਲੀ ਸਾਈਡ ਤੇ ਪਾ ਦੇ ਤੇ ਬਹਿ ਕੇ ਸਿੱਧਾ ਆਇਆ ਤੇ ਭੁੱਲ ਗਿਆ ਵੀ ਮੇਰੇ ਨਾਲ ਕੌਣ ਚ ਕੋਈ ਯਾਦ ਨੀ ਤੇ ਹੁਣ ਬਹਿਣਾ ਸੀ ਤੇ ਇਹਨੇ ਕਰਕੇ ਦੇਖਿਆ ਤੇ ਬੁੱਢੀ ਨੂੰ ਗਈ ਆ ਕਰ ਬਾਜੀ ਬੱਚਾ ਝੋਲੀ ਚ ਕਰੋ ਜ਼ਰਾ ਮੈਂ ਬਹਿਣਾ ਹੁਣ ਦਸ ਸਕਿੰਟ ਬਾਅਦ ਹੀ ਭੁੱਲ ਜਾਂਦਾ ਪੰਜ ਸਕਿੰਟ ਬਾਅਦ ਇੰਨੀ ਯਾਦਾਸ਼ ਕਮਜ਼ੋਰ ਮਿੱਠੇ ਦੀ ਵਾਰੀ ਹਾਂ ਵੀ ਕਾਲੂ ਬੈਂਕ ਗਿਆ ਪੈਸੇ ਲੈਣ ਤੇ ਉਹਨਾਂ ਨੂੰ ਕਹਿਣ ਡਿਆ ਯਾਦਾਸ਼ ਦਿੱਲੀ ਕਮਜ਼ੋਰ ਉਹਨੂੰ ਕਹੀ ਜਾਣ ਡਿਆ ਮੇਰਾ ਬੀਪੀ ਚੈੱਕ ਕਰੇ ਨਾਲ ਉਹਨੇ ਕਿਹਾ ਕਲੀਅਰ ਨਹੀਂ ਅੱਛਾ ਇਹਦੀ ਯਾਦਾਸ਼ ਇੰਨੀ ਕਮਜ਼ੋਰ ਆ ਬੈਂਕ ਚ ਪੈਸੇ ਜਮ੍ਹਾਂ ਕਰਾਉਣ ਕਹਿੰਦੇ ਭੁੱਲ ਗਿਆ ਉਹਨੂੰ ਕਹਿੰਦਾ ਕਦੋਂ ਮੋੜੋਗੇ ਫਿਰ ਤੁਸੀਂ ਹੈ ਮੋੜਨੇ ਕਦੋਂ ਜਮ੍ਹਾਂ ਕਰਾਉਣਾ ਨਿਕਲ ਜਾਈ ਯਾਰ ਤਾਂ ਜੀ ਮਿੱਠਾ ਉਹ ਬੇਲਾਂ ਦੀ ਲਾਈਨ ਦੇ ਵਿੱਚ ਬੈਠਾ ਉਹ ਸਾਰੇ ਖਲੋ ਕੇ ਅੱਗੇ ਜਾਣ ਦੇ ਮੈਂ ਕਿਹਾ ਤੂੰ ਬੈਠਾ ਕਹਿੰਦਾ ਯਾਰ ਵੱਟ ਫਿਰਨ ਦੇ ਆ ਬਿੱਲ ਦਾ ਕੋਈ ਕੋਈ ਟੋਲ ਹਾਂਜੀ ਅੱਛਾ ਯਾਰ ਇਦਾਂ ਦੀ ਜਗ੍ਹਾ ਤੇ ਤੁਸੀਂ ਕੋਈ ਕਰੇ ਨਾ ਤੁਹਾਡੇ ਚ ਤੇ ਮੈਂ ਕਸਮੇ ਇੱਕ ਦਿਨ ਨਾ ਉਹਨੂੰ ਬਰਦਾਸ਼ਤ ਪਤਾ ਨਹੀਂ ਯਾਰ ਇਹਦੀ ਕੁਦਰਤੀ ਕੋਈ ਦਾ ਨਿਜ਼ਾਮ ਆ ਹਨਾ ਕਾਲੂ ਉਸਤਾਦ ਜੀ ਮਰੂਦਾਂ ਦਾ ਛਾਪਾ ਨਾ ਇੱਕ ਮੌਂਦਾ ਲਈ ਆਉਣ ਡਿਆ ਮਰੂਦ ਕੱਟਿਆ ਵਿੱਚੋਂ ਸੁੰਡੀ ਕਰਨ ਰਹੀ ਆਪਣੇ ਬੱਚਿਆਂ ਨੇ ਪੇਰੈਂਟਸ ਮੀਟਿੰਗ ਚ ਉਹ ਮਾਸਟਰ ਕਹਿੰਦਾ ਕਿੱਧਰ ਕਹਿੰਦਾ ਪਤਾ ਨੀ ਬੱਚਾ ਲੈ ਕੇ ਆਇਆ ਮਾਮਾ ਤੇਰੇ ਬੇਟੇ ਨੂੰ ਦੱਸ ਸੀ ਅੱਛਾ ਆਪਣੇ ਮੁੰਡੇ ਨੂੰ ਦਾਖਲ ਕਰਾਉਣ ਗਿਆ ਤੂੰ ਤਾਂ ਭੁੱਲ ਗਿਆ ਕਹਿੰਦਾ ਹਾਂਜੀ ਕਹਿੰਦਾ ਪਤਾ ਨੀ ਮੁੰਡਾ ਲੈ ਕੇ ਨਿਕਾਹ ਤੋਂ ਪਹਿਲੀ ਆਪਣੀ ਬੇਦਾਬੀ ਵੰਡਣ ਦਿਆ ਤੇ ਵਿਆਹ ਤੇ ਕਿਉਂ ਯਾਦ ਚਲੇ ਗਿਆ ਉਹ ਤੇਰਾ ਵਿਆਹ ਵਾ ਕੀ ਹੋ ਗਿਆ ਤੈਨੂੰ ਕਾਲੂ ਨੂੰ ਪਿਸ਼ਾਬ ਵਾਲੀ ਨਾਲੀ ਲੱਗੀ ਤੇ ਹੈਂਡ ਫਰੀ ਲਾ ਕੇ ਨਾ ਰਸਤੇ ਚ ਉਹਨੂੰ ਘੁਮਾਉਂਦਾ ਜਾ ਇੰਨੀ ਯਾਦਾਸ਼ ਕਮਜ਼ੋਰ ਆ ਤੇ ਉਹਦੀ ਵਜ੍ਹਾ ਤੋਂ ਹਰਕਤਾਂ ਕੀ ਕਰ ਰਿਹਾ ਇਹਨੂੰ ਨਾਲੀ ਦਾ ਇਨਬੋਕਸ ਜਿਹਾ ਨੀ ਲੱਗਾ ਹੁੰਦਾ ਸਾਈਡ ਤੇ ਪੈਕਟ ਜਿਹਾ
ਮੈਂ ਕਿਹਾ ਨਾਲੀ ਲੱਗੇ ਕਹਿੰਦਾ ਨਹੀਂ ਕਸ਼ਮੀਰ ਘਿਓ ਦਾ ਪੈਕਟ ਲੈ ਕੇ ਆਉਂਦੇ ਆ ਨਾਲੀ ਸਮਝਾਣਾ ਕਿਹੜੀ ਹੁੰਦੀ ਬੈਗ ਨੀ ਲੱਗਾ ਹੁੰਦਾ ਜਿਹੜਾ ਯੂਰਨ ਬੈਗ ਉਹ ਛਾਪਣ ਗਿਆ ਨਹੀਂ ਨਹੀਂ ਯਾਰ ਅੱਲਾ ਮਾਫੀ ਦੇਵੇ ਕਈਆਂ ਦਾ ਹੁੰਦਾ ਨਾ ਯੂਰਨ ਦਾ ਮਸਲਾ ਯੂਰਨ ਪਤਾ ਕਿਹਨੂੰ ਯੂਰਨ ਕਿਹਨੂੰ ਕਹਿੰਦੇ ਬਿਮਾਰੀ ਯੂਰਨ ਕਹਿੰਦੇ ਕਿਨੂੰ ਆ ਪਤਾ ਯੂਰਨ ਉਹ ਖੱਟਾ ਜਿਹਾ ਹੁੰਦਾ ਚੂਰਨ ਮਿੱਠਾ ਯੂਰਨ ਵੀ ਹੁੰਦਾ ਵਾ ਲੂਣ ਵਾਲੂ ਮੈਨੂੰ ਪਤਾ ਇੱਕ ਮਿੰਟ ਬਾਥਰੂਮ 'ਚ ਜਾ ਕੇ ਚੂਰਨ ਕਰ ਗਿਆ ਯੂਰਨ ਉਹ ਯਾਰ ਜਿਹਦਾ ਰੇਟ 5 ਰੁਪਏ ਆ ਉਹ ਯੂਰਨ ਨਹੀਂ ਨਹੀਂ ਯੂਰਨ ਇੰਗਲਿਸ਼ ਦਾ ਲਫ਼ਜ਼ ਆ ਛੋਟੀ ਨਾਲੀ ਲੱਗੀ ਉਹਦੇ ਚ ਇਕੱਠਾ ਹੋਈ ਜਾਂਦਾ ਛਾਪਰ ਜਿਹਾ ਤੈਨੂੰ ਤਾਂ ਯਾਦ ਹੋਣਾ ਚਾਹੀਦਾ ਹੁਣ ਕਰ ਦੂਰ ਜਾਣਾ ਸੀ ਧਿਆਨ ਚ ਫੜ ਕੇ ਜਾਣਾ ਅਮੀਪੁਰ ਬਾਜ਼ਾਰ ਖਲੋਤਾ ਨੁੱਕਰ ਦੇ ਨਾ ਮੱਛਲੀਆਂ ਲੈ ਕੇ ਉਹਦੇ ਚ ਮੱਛਲੀਆਂ ਦਾ ਜੋੜ ਕਹਿੰਦਾ 4 ਮਛਲੀਆਂ ਸਿੱਟ ਮੈਂ ਇਕੱਲਾ ਬੋਰ ਹੋ ਜਾਂਦਾ ਚਲੋ ਨਾਲੇ ਵੀ ਹੋਣਗੇ ਉਹ ਲੁਕੋ ਕੇ ਕਰਨ ਦਿਆ ਸਾਜੀ ਯੂਨਿਟ ਹੋ ਜਿਹੜਾ ਬਿੱਲ ਲਾਉਣ ਗਿਆ ਇੰਨਾ ਸਲਾਖ ਨੀ ਹੁੰਦਾ ਗਲਤੀ ਨਾਲ ਪੈਕਟ ਅੰਦਰ ਕਰਨ ਡਿਆ ਕਰ ਲੁੱਟਣ ਵੀ ਨੀ ਗਿਆ ਫਿਰ ਕੁੱਟ ਪਈ ਚਾਚੇ ਨੇ ਯੂਰਨ ਬੈਗ ਲਗਾ ਉਹਨੂੰ ਕਹਿੰਦਾ ਸਾਥੇ ਜਮਾ ਕਰਾਉਣ ਚੱਲਾਂ ਸਾਜੀ ਫਰੀਦ ਦੇ ਵੀ ਬੈਗ ਲਗਾਏ ਨੇ ਨਾ ਰਿਸ਼ਤੇਦਾਰਾਂ ਜਾਣਾ ਸੀ ਉਹਨੂੰ ਕਾਲਾ ਰੰਗ ਕਰਕੇ ਨਾ ਉਹਦਾ ਬਸਤਾ ਇਹ ਬਣਾ ਲਿਆ ਤੇ ਚਲਾ ਕਾਲੂ ਨੂੰ ਯੂਰਨ ਬੈਗ ਲੱਗਾ ਜਦੋਂ ਰਾਮ ਰੂਮ ਆ ਗਿਆ ਤਾਂ ਉਹ ਗੱਲ ਕਰਕੇ ਵਿੱਚ ਫੈਲ ਤਰਾ ਕਾ ਦੋ ਫਰੀਦ ਨੂੰ ਵੀ ਯੂਰਨ ਬੈਗ ਲੱਗਾ ਸਾਜੀ ਉਹ ਟੇਚੀ ਕੈਦ ਵਾਲਾ ਸੈਨ ਲਾਇਆ ਉਹਨੂੰ ਨਾਲ ਬੁਖਾਰ ਹੋ ਗਿਆ ਸਾਜੀ ਇਹਨੂੰ ਯੂਰਨ ਬੈਗ ਠੰਡਾ ਕਰਕੇ ਮੱਥੇ ਤੇ ਲਾਉਣ ਥੰਬਨੇਲ ਤੇ ਲਿਖਣਾ ਫੁੱਲ ਗੰਦਾ ਪ੍ਰੋਗਰਾਮ ਨਹੀਂ ਗੰਦਾ ਪ੍ਰੋਗਰਾਮ ਨੀ ਤੁਸੀਂ ਲਿਖਣਾ ਫੁੱਲ ਗੰਦੀਆਂ ਜੁਗਤਾਂ ਪੜ੍ਹ ਕੇ ਲੋਕੀ ਸਮਝਣਗੇ ਹੈ ਬੜੀ ਸੋਹਣੀ ਚੇਪੀ ਦਵਾਈ ਬੜਾ ਸਟਾਈਲ ਸੀਗਾ ਅੱਲਾ ਮਾਫੀ ਦੇਵੇ ਯਾਰ ਵੈਸੇ ਇਹ ਲੋਕ ਇਹ ਪਤਾ ਕੀ ਕਹਿਣਾ ਲੋਕਾਂ ਨੇ ਕਿ ਯਾਰ ਕਿਹੜੀ ਅਰਜ਼ੀਅਤਨਾਕ ਉਹ ਜਿਹੜੀ ਹੁੰਦੀ ਕੰਡੀਸ਼ਨ ਤੇ ਤੁਸੀਂ ਉਹਦੇ ਤੇ ਮਜ਼ਾਕ ਕਰ ਰਹੇ ਹੋ ਮੈਂ ਸਿਰਫ ਇੱਕ ਗੱਲ ਕੀਤੀ ਤੇ ਉਹਨਾਂ ਨੇ ਵੇਖ ਲਓ ਉਸਤਾਦ ਜੀ ਅੱਗੋਂ ਆਏ ਉਹ ਬੈਗ ਬੈਗ ਪਾੜ ਗਿਆ ਤੇ ਮੋਮਬਤੀ ਨਾਲ ਸੀਨੇ ਦੇ ਕਰਕੇ ਕੁੱਦੇ ਆ ਇਹ ਆ ਮੈਂ ਤੇਰੇ
ਯਾਦਦਾਸ਼ਤ ਕਮਜ਼ੋਰ ਸੀ ਉਸਤਾਦ ਜੀ, ਯਾਦਦਾਸ਼ਤ ਕਮਜ਼ੋਰ ਸੀ, 10 ਸੈਕਿੰਡ ਬਾਅਦ ਹੀ ਗੱਲ ਭੁੱਲ ਜਾਂਦੇ ਸੀ। ਇਹਦੇ ਅੱਬੂ ਲੰਮੇ ਪਏ ਹੋਏ ਕਮਰੇ ਚ ਤੇ ਮੈਨੂੰ ਕਹਿੰਦਾ ਜਾ ਕੇ ਅੰਮੀ ਉਹ ਭਾਈ ਕੌਣ ਆ। ਜੀ ਇੰਨੀ ਇਹਦੀ ਯਾਦਦਾਸ਼ਤ ਕਮਜ਼ੋਰ ਆ, ਆਪਣੇ ਨਿੱਕੇ ਜਿਹੇ ਬੱਚੇ ਨੂੰ ਇੰਜ ਕਰਕੇ ਤਾਂ ਸੁੱਟੇ ਤੇ ਭੁੱਲ ਗਿਆ ਹੈ ਚੱਲਣ ਲੱਗ ਪਿਆ। ਇੰਨੀ ਯਾਦਦਾਸ਼ਤ ਕਮਜ਼ੋਰ ਸੀਗੀ, ਸੁਰਮ ਚੂ ਤੇ ਟੂਥਪੇਸਟ ਲਾ ਕੇ ਕੰਨਾਂ ਚ ਫੇਰ ਤਿੰਨੇ ਹੀ ਗਲਤੀਆਂ, ਤਿੰਨੇ ਹੀ ਕੰਮ ਗਲਤ। ਯਾਦਦਾਸ਼ਤ ਇੰਨੀ ਕਮਜ਼ੋਰ ਸੀ, ਗੁਲੇਲ ਨਾਲ ਨਿਸ਼ਾਨਾ ਮਾਰਨ ਡਿਆ ਤੇ ਪਤਾ ਨੀ ਕਹਿੰਦਾ ਇਹ ਚੜ੍ਹ ਗਿਆ ਤੇ ਆਹ ਚੜ੍ਹਦਾ। ਅੱਛਾ ਪੁਰਸਕਾਰ ਟੂਥਪੇਸਟ ਕਰਨ ਵੜਿਆ, ਟੂਥਪੇਸਟ ਇੰਜ ਕਰਕੇ ਲਾਈ ਆ, ਲਾ ਕੇ ਤੇ ਬਾਹਰੋਂ ਕਿਸੇ ਨੇ ਕੋਈ ਗੱਲ ਕੀਤੀ ਤਾਂ ਜਵਾਬ ਦੇ ਕੇ ਤੇ ਕਹਿੰਦਾ ਯਾਦਦਾਸ਼ਤ ਕਮਜ਼ੋਰ ਆ ਤੇ ਅੱਬੂ ਆਉਂਦੇ ਆਵਾਜ਼ ਕਹਿੰਦਾ ਪਾ ਚਾਚਾ ਜੀ। ਇੰਨੀ ਨਜ਼ਰ ਕਮਜ਼ੋਰ ਆ, ਮੁੱਛਾਂ ਨੂੰ ਵੱਟ ਦੇ ਕੇ ਤੇ ਬਾਅਦ ਚੋਂ ਐਂ ਕਰ ਜਿਵੇਂ ਸੁਰਖੀ ਲਾਈ। ਇੱਕ ਬੰਦੇ ਨਾਲ ਮਿੱਟੇ ਦੀ ਲੜਾਈ ਹੋ ਪਈ, ਇੰਨੀ ਯਾਦਦਾਸ਼ਤ ਕਮਜ਼ੋਰ ਤੇ ਛੁਰੀ ਮਾਰੀ ਹੈ ਤੇ ਉੱਥੇ ਭੁੱਲ ਗਿਆ ਚਾਪੀ ਨੂੰ ਦਬਦਬਾ ਹਸਪਤਾਲ ਲੈ ਗਿਆ। ਕਹਿੰਦਾ ਭਾਜੀ ਅਸੀਂ ਕੋਈ ਪਤਾ ਨੀ ਕੀ ਹੋ ਗਿਆ। ਮਿੰਟਾ ਨੂੰ ਘਰ ਬਾਹਰੋਂ ਘੜੀ ਆਈ, ਉਹ ਕਹਿੰਦਾ ਯਾਰ ਗਿਫਟ ਵਾ ਮੇਰੇ ਲੋਕ, ਕਹਿੰਦਾ ਨਹੀਂ ਯਾਰ ਮੇਰਾ ਲਾਇਸੈਂਸ ਨਹੀਂ ਹੈ। ਇਹ ਤੇ ਇਹ ਤਾਂ ਸ਼ਦਾਈ ਹੋਇਆ ਬਈ ਯਾਰ। ਅੱਛਾ ਮੈਂ ਟਰੈਕ ਬਦਲਦਾ, ਮੈਂ ਪਾਗਲ ਆ, ਮੈਂ ਯਾਦਦਾਸ਼ਤ ਉਹਦੀ ਵਾਲੀ ਐਂਡ ਨਹੀਂ ਸਮਝੀ ਸੀ। ਇੰਨੀ ਇਹਦੀ ਯਾਦਦਾਸ਼ਤ ਕਮਜ਼ੋਰ ਆ, ਯਕਦਮ ਆਪਣੇ ਘਰ ਜਾ ਕਹਿੰਦਾ ਉਹ ਸੌਰੀ ਜੀ, ਫਿਰ ਵਾਪਸ ਆ ਗਏ ਘਰ। ਗਿਆ ਜਾ ਕੇ ਕਹਿੰਦਾ ਰੋਟੀ ਲਿਆਓ, ਉਹਨਾਂ ਨੇ ਲਿਆ ਕੇ ਰੱਖੀ ਤੇ ਕਹਿੰਦਾ ਕਿੰਨੇ ਗਿਆ ਸੀ ਤਾਂ ਭੁੱਲ ਜਾਂਦਾ ਵਸਤਾ ਜੀ, ਅੰਦਰੋਂ 20 ਰੁਪਏ ਲੈ ਕੇ ਮੰਗਣ ਵਾਲੇ ਦੇਣ ਉਹਨੂੰ ਫੜਾ ਕਹਿੰਦਾ ਸਿਗਨ ਲਿਆ ਦੇ। ਮਾਤਾ ਇੱਕ ਬੰਦੇ ਨਾਲ ਫਿਰਨ ਦਿਆ ਤੇ ਉਹਨੂੰ ਕਹਿੰਦੇ ਯਾਰ ਮੈਂ ਤੈਨੂੰ ਕਿਤੇ ਦੇਖਿਆ। ਡਾਕਟਰ ਨੂੰ ਚੰਗੇ ਪਲਾਇੰਜ ਕਰਕੇ ਨਬਜ਼ ਫੜਾ ਕੇ ਦਵਾਈ ਲੈਣ ਲੱਗੇ ਤੇ ਉਹਨੂੰ ਕਹਿਣ ਡਿਆ ਤੇ ਕੀ ਲੈਂਦੇ ਸੂਟ ਦੀ ਸਿਲਾਈ। ਯਾਰ ਇਹ ਤਾਂ ਪਾਗਲਾਂ ਵਾਲੀ ਗੱਲ ਹੈ, ਡਾਕਟਰ ਨੂੰ ਨਬਜ਼ ਫੜਾਈ ਹੈ ਤੇ ਨਬਜ਼ ਫੜਾ ਕੇ ਇੱਕਦਮ ਕਹਿੰਦਾ ਇਹ ਕਰਨੇ ਆ ਤੂੰ। ਗੱਲ ਨਹੀਂ ਨਾ ਕਿ ਭੁੱਲ ਗਿਆ, ਮੇਰੀ ਬਾਹ ਮਰੋੜਨ ਲੱਗਾ ਮੈਂ ਸੀ ਕਿੱਧਰ ਆਇਆ। ਨਹੀਂ ਨਹੀਂ ਯਾਦਦਾਸ਼ਤ ਕਮਜ਼ੋਰ ਹੈ ਫਰੀਦ, ਆਪਣੇ ਅੱਬੂ ਨੂੰ ਕਹੀ ਜਾਂਦਾ ਹੈਲੋ ਅੱਜ ਤੋਂ ਬਾਅਦ ਇੱਥੇ ਨਜ਼ਰ ਨਾ ਆਵੇ। ਯਾਰ ਆਪਣੀ ਗੁੱਡੀ ਨੂੰ ਕਹਿੰਦਾ ਵਾਲਾਂ 'ਚ ਹੱਥ ਫੇਰ, ਵਾਲਾਂ 'ਚ ਹੱਥ ਫੇਰਨ ਡੀ ਤੇ ਯਕਦਮ ਕਹਿੰਦਾ ਤੂੰ ਕਿਦੋਂ ਆਈ। ਨਹੀਂ ਨਹੀਂ ਆਪਣੀ ਬੁੱਢੀ ਨੂੰ ਕਹਿੰਦਾ ਮੇਰੇ ਵਾਲਾਂ 'ਚ ਹੱਥ ਫੇਰ, ਉਹ ਇੰਨੇ ਨਹੀਂ ਕਰ ਰਹੀ, ਥੋੜ੍ਹੀ ਦੇਰ ਬਾਅਦ ਕਹਿੰਦਾ ਕੀ ਤਕਲੀਫ ਆ ਕੱਟੋ ਛੇੜਨ ਨਹੀਂ ਹੈ। ਅੱਛਾ ਇਹੋ ਜਿਹੇ ਬੰਦੇ ਦੇ ਘਰ ਦੇ ਉਹਦਾ ਕੀ ਹਿਸਾਬ ਹੋਏਗਾ, ਕਰਦੇ ਕੀ ਹਿਸਾਬ, ਡਰਦੇ ਡਰਦੇ ਹੀ ਗੱਲ ਕਹਿੰਦੇ ਹੋਣਗੇ ਉਹਨੂੰ। ਅੱਛਾ ਹੈ ਬਿਮਾਰੀ ਹੈ ਦਿਲ ਕਰੇ ਆਹ ਦਿਲ ਕਰੇ ਇੱਦਾਂ ਦੇ ਬੰਦੇ ਨੇ, ਮਤਲਬ ਬੁੱਢੀ ਨੂੰ ਕਿਹਾ ਨਾ, ਬੁੱਢੀ ਨੂੰ ਕਿਹਾ ਕਿ ਪਾਣੀ ਪਿਆ ਤੇ ਬੁੱਢੀ ਹੁਣ ਅੱਜ ਕਹਿ ਰਹੀ ਵੇ ਇਹ ਹੁਣ ਮੈਂ ਚੱਲੀ ਤੁਸੀਂ ਪਾਣੀ ਮੰਗਿਆ ਜੇ, ਇਹ ਮੈਂ ਗਲਾਸ ਫੜਿਆ ਤੁਸੀਂ ਪਾਣੀ ਮੰਗਿਆ ਦਿੰਦੇ ਰੱਖਣਾ, ਇਹ ਤੁਸੀਂ ਪਾਣੀ ਮੰਗਿਆ ਮੈਂ ਗਲਾਸ ਭਰ ਲਿਆ, ਇਹ ਤੁਸੀਂ ਪਾਣੀ ਮੰਗਿਆ ਇਹ ਮੈਂ ਪਾਣੀ ਲੈ ਕੇ ਆ ਗਈ, ਇਹ ਪਾਣੀ ਪੀ ਕੇ ਤੁਸੀਂ ਪਾਣੀ ਮੰਗਿਆ ਭਰ ਭਰ ਕੇ ਹੀ ਡਿਊਟੀ ਲੱਗੀ ਕਰ। ਗਲੀ ਖੋਤਾ ਬੋਲਣਾ ਚੁੱਪ ਕਰਾਉਣ ਲੱਗਾ ਕਿੱਦਾਂ ਲਿੰਕ ਤੋੜਨ ਲੱਗਾ ਵਾ ਤੇਰਾ, ਮੈਨੂੰ ਮਾਫ਼ ਕਰ ਦੇਣਾ। ਚਲੋ ਚਲੋ ਕੋਈ ਗੱਲ ਨੀ ਸਾਜੀ, ਮੈਂ ਤੇ ਮੇਰਾ ਕੀ ਯਾਰ ਸਾਡੀ ਲੜਾਈ ਹੋ ਗਈ ਅਬਦੁੱਲਾਪੁਰ, ਉਹ ਤਿੰਨ ਚਾਰ ਜਿਹੜੇ ਅਸੀਂ ਦੋ ਜਿਹੜੇ ਮੁੱਕੇ ਮੁੱਕੀ ਹੋਣੇ ਆ ਤੇ ਉਹਦੇ ਵਾਲ ਪੱਟੇ ਤੇ ਸਾਰੀ ਬਿੰਗ ਉਹਦੇ ਹੱਥ ਚ ਆ ਗਏ ਤੇ ਉਹ ਲੜਾਈ ਹਾਸੇ ਚ ਬਦਲ ਗਈ ਫਿਰ। ਅੱਛਾ ਕਈ ਬੰਦੇ ਜਿਹਨਾਂ ਨੂੰ ਵਿੱਗ ਲੱਗੀ ਉਹ ਨਹੀਂ ਲੜਦੇ ਇੱਥੇ। ਬੱਚਾ ਪਿੱਛੇ ਇੰਜ ਕਰਨਾ ਕਿ ਵਾਲ ਨੂੰ ਕਹਿੰਦੀ ਹੁਣ ਤੁਹਾਡੀ ਬਿਗ ਛੇੜ ਲੱਗਣਾ ਚਾਕੂ।
ਮਹੱਲੇ ਚ ਅੱਗ ਲੱਗੀ ਆ ਤੇ ਭੱਜ ਗਿਆ ਕਹਿੰਦੇ ਬੰਦਾ ਕੁਛ ਕਰੂਗਾ ਤੇ ਜਾ ਕੇ ਸਿਗਰਟ ਲਾਉਣ ਲੱਗ ਪਿਆ। ਅੱਛਾ ਇਹਦੇ ਚ ਕੀ ਯਾਦਾਸ਼ਤ ਮਤਲਬ? ਤਾਂ ਜੀ ਮੈਂ ਯਾਦਾਸ਼ਤ ਕਰਨਾ ਹੀ ਅੱਛਾ ਵਿਆਹ ਆਇਆ ਤੇ ਬੁੱਢੀ ਆਪਣੀ ਦਾ ਘੁੰਡ ਚੁੱਕਿਆ ਤੇ ਐਪ ਭੁੱਲਿਆ ਤੇ ਉਹਨੂੰ ਕਹਿੰਦਾ ਤੁਹਾਡੇ ਘਰਦਿਆਂ ਨੂੰ ਪਤਾ ਤੁਸੀਂ ਇੱਥੇ ਇੰਜ ਕਰਕੇ ਵਾਜੇ ਵਾਲੇ ਤੇ ਭੁੱਲ ਗਏ ਤਾਂ ਉਹ ਛਾਪਾ ਇਹਦੀ ਬੁੱਢੀ ਨੂੰ ਕਹਿੰਦੀ ਏਡੀ ਯਾਦਾਸ਼ਤ ਕਮਜ਼ੋਰ ਫਰੀਦ ਦੀ ਬੇਗਮ ਨੂੰ ਕਹਿੰਦੀ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਇੰਨੀ ਮੁਹੱਬਤ ਕਰਾਂਗੀ। ਕਹਿੰਦਾ ਜੇ ਤੇਰੇ ਬੰਦੇ ਨੂੰ ਪਤਾ ਲੱਗ ਗਿਆ ਦੁੱਧ ਪੜਾਈ ਦੀ ਰਸਮ ਟਾਈਮ ਐ ਉਹਨੇ ਦੁੱਧ ਪੜਾਇਆ ਤਾਂ ਫੜ ਕੇ ਕਹਿੰਦਾ ਕਿੰਨੇ ਦਾ ਲੁਕਣ ਮੀਟਿੰਗ ਖੇਲਣ ਦਿਆ ਤੇ ਲੁੱਕ ਕੇ ਭੁੱਲ ਗਿਆ ਤਿੰਨ ਦਿਨ ਉੱਥੇ ਖਲੋਤੇ ਮੁੰਡੀ ਦਾ ਘੁੰਡ ਚੁੱਕਿਆ ਨੇ ਘੁੰਡ ਚੁੱਕ ਕੇ ਉਹਨੂੰ ਵੇਖ ਕੇ ਘੁੰਡ ਥੱਲੇ ਕਰਕੇ ਉੱਤਰ ਸੀਲ ਵੇਟ ਝਾੜੂ ਤੇ ਟੇਬਲ ਵੇਟੀ ਐਡੀ ਯਾਦਾਸ਼ਤ ਕਮਜ਼ੋਰ ਹੈ ਸੱਸ ਨੂੰ ਪੁੱਛੀ ਜਾਣ ਡਿਆ ਤੁਹਾਡਾ ਵਿਆਹ ਹੋਇਆ ਟੀਮ ਦਾ ਕਪਤਾਨ ਸੀ ਤੇ ਯਾਦਦਾਸ਼ਤ ਵੀ ਬੜੀ ਜਾਂਦੀ ਸੀ ਟਾਸ ਜਿੱਤ ਕੇ ਉਹਨਾਂ ਨੂੰ ਕਹਿੰਦਾ ਤੁਸੀਂ ਕਰੋ ਬੈਟਿੰਗ ਤੇ ਉਧਰੋਂ ਆਪਣੇ ਵੀ ਘਲਾਤੇ ਦੋਵੇਂ ਉਹਨਾਂ ਨੂੰ ਕਹਿੰਦਾ ਮੈਂ ਕਿਦੋਂ ਗਿਆ ਉਹ ਕੀ ਗੱਲ ਹੋਈ ਜਿਆਦਾ ਜਿਹੜੇ ਕਿ ਚਿੜੀ ਖਾ ਖੇਲਾਂ ਦੀ ਸਹੀ ਚਿੜੀ ਲੱਭੀ ਲੱਭਣ ਲਿਆ ਉਹ ਮਾਰਤੀ ਦੋ ਸ਼ਾਟਾਂ ਚ ਇੰਜ ਕਰਕੇ ਘੁੰਡ ਚੁੱਕਿਆ ਤੇ ਅੱਖ ਤੇ ਕਮੀਜ਼ ਰੱਖ ਕੇ ਭੂਖ ਮਾਰ ਕਾਲੂ ਨੇ ਵੀ ਤਾਜੀ ਘੁੰਡ ਚੁੱਕਿਆ ਤੇ ਆਪਣੇ ਵਿਹੜੇ ਚ ਜਾਗ ਗਈ ਉਹ ਕਿਹਨਾਂ ਦੀ ਬੁੱਢੀ ਲੁਕੀ ਲੁਕੀ ਹੈ ਕਰਕੇ ਇੰਨਾ ਭੁੱਲ ਜਾਂਦਾ ਤਾਜੀ ਇੱਕ ਬੰਦੇ ਦਾ ਨੰਬਰ ਮਿਲਾ ਕੇ ਮੋਬਾਈਲ ਜੇਬੀ ਚ ਪਾ ਸਾਰਾ ਪੈਕੇਜ ਉਦਾਂ ਹੀ ਹੋ ਨੰਬਰ ਮਿਲਾ ਕੇ ਤੈਨੂੰ ਪਤਾ ਨੀ ਜੇਬ ਚ ਪਾ ਲਿਆ ਉਹ ਹੈਲੋ ਹੈਲੋ ਕਰੀ ਜਾ ਰਿਹਾ ਦੁਕਾਨ ਵਾਲੇ ਕੋਲ ਦੋ ਸਿਗਰਟ ਲਏ ਤੇ ਭੁੱਲ ਗਿਆ ਤੇ ਉਹ ਸਿਗਰਟ ਫੜ ਕੇ ਐਮ ਰੋੜ ਕੇ ਮੂੰਹ ਚ ਪਾ ਟੂ ਪੀਸ ਪਾ ਕੇ ਕਿਤੇ ਚੱਲਾ ਭਾਈ ਫੇਰ ਭੁੱਲ ਗਿਆ ਤੇ ਸੌ ਗਿਆ ਫੇਰ ਟੂ ਪੀਸ ਪਾਇਆ ਆਹੋ ਜਾਣਾ ਭੁੱਲ ਗਿਆ ਤੂੰ ਫੁੱਲ ਪਰਫਿਊਮਾਂ ਲਾ ਕੇ ਟੂ ਪੀਸ ਪਾ ਕੇ ਤੇ ਭੁੱਲ ਗਿਆ ਕਿੰਨੇ ਵਜੇ ਸੌ ਗਿਆ ਬੁੱਢੀ ਦਾ ਘੁੰਡ ਚੁੱਕੇ ਆ ਕਹਿੰਦਾ ਸੋਹਣਾ ਮੇਕਅਪ ਮੇਰੀ ਬੁੱਢੀ ਦਾ ਵੀ ਇੰਜ ਦਾ ਕਰਦੇ ਬਾਪੂ ਗਾਲਾਂ ਕੱਢਣ ਡਿਆ ਚੱਲ ਬਗੈਰ ਤਾਂ ਕੁਛ ਪਾ ਗਿਆ ਤੇ ਜੁੱਤੀ ਪਾ ਕੇ ਫੇਰ ਆ ਗਿਆ ਯਾਦਦਾਸ਼ਤ ਕਮਜ਼ੋਰ ਆ ਹੱਥ ਚ ਸਿਗਰਟ ਫੜ ਕੇ ਕਹਿੰਦਾ ਚਾਰ ਸਾਲ ਹੋ ਗਏ ਛੱਡੇ ਹੁਣ ਲਾਇਆ ਵੀ ਸਿਗਰਟ ਲਾਇਆ ਵੀ ਆ ਕਹਿੰਦਾ ਸ਼ੁਕਰ ਅੱਲਾ ਦਾ ਚਾਰ ਸਾਲ ਹੋ ਗਏ ਇਸ ਆਪਣੇ ਜਿਸਮ ਤੇ ਮੂੰਗਰੇ ਲਾ ਕਹਿੰਦਾ ਮੈਨੂੰ ਹਲਕ ਕਹੋ ਲੈ ਜਿਸਮ ਤੇ ਮੂੰਗਰੇ ਲਾ ਕੇ ਕਹਿੰਦਾ ਮੈਨੂੰ ਹਲਕ ਕਹੋ ਹਲਕ ਹਲਕ ਗਿਆ ਤੂੰ ਤਾਂ ਮਸਾ ਮੂੰਗਰੇ ਲਾ
ਅੱਛਾ ਮੈਂ ਵੇਖੀ ਆਪਣੇ ਜਿਹੜੇ ਭਲਵਾਨ ਸੀ ਉਹ ਇੱਕ ਤੇ ਗਾਮਾ ਭਲਵਾਨ ਸੀ ਜਾਰਾ ਭਲਵਾਨ ਉਹ ਉਹਨਾਂ ਦੀ ਬੇਟੀ ਨੇ ਇੱਕ ਵਲੌਗ ਪਾਇਆ ਤੇ ਉਹ ਦੱਸ ਰਹੇ ਸੀ ਕਿ ਇੱਥੇ ਅਖਾੜੇ ਦੇ ਵਿੱਚ ਉਹ ਕਰਦੇ ਹੁੰਦੇ ਸੀ ਭਲਵਾਨੀ ਸਾਜੀ ਉਹਦਾ ਜੈਨੂਇਨ 6 ਫੁੱਟ ਕੱਦ ਸੀ ਬੜਾ ਸੀ ਹਾਂ ਉਹਨੇ ਉਹਨੂੰ ਹਰਾਇਆ ਸੀ ਨੋਕੀ ਨੂੰ ਹਾਲਾਂਕਿ ਨੋਕੀ ਉਦੋਂ ਮਤਲਬ ਏਜ ਚ ਜ਼ਿਆਦਾ ਹੋ ਗਿਆ ਸੀ ਨੋਕੀ ਨੂੰ ਬੜਾ ਲੜਿਆ ਲੇਕਿਨ ਨੋਕੀ ਨੇ ਫਿਰ ਹੜਨ ਤੋਂ ਬਗੈਰ ਹੀ ਉਹਨੂੰ ਉਹਦਾ ਹੱਥ ਖੜਾ ਕਰਤਾ ਸੀ ਅੱਛਾ ਹਾਂ ਦੂਜੇ ਤੀਜੇ ਪਤਾ ਨੀ ਕਿਨਵੇਂ ਰਾਉਂਡ ਚ ਨਾ ਨੋਕੀ ਨੇ ਮਤਲਬ ਉਹਨੇ ਉਹਨੂੰ ਉਹ ਕਰਤਾ ਸੀ ਜਿਹੜੇ ਭਲਵਾਨ ਸਰਦਾਈ ਬਦਾਮ ਦੀਆਂ ਗਿਰੀਆਂ ਉਹ ਬਹੁਤ ਕੁਛ ਖਾਂਦੇ ਖੁਰਾਕ ਹੀ ਆ ਸਾਰਾ ਨਹੀਂ ਹਵਾ ਨਹੀਂ ਤੂੰ ਆਇਆ ਭਲਵਾਨ ਦੀ ਨਾ ਗੱਲ ਕਰ ਅਸੀਂ ਉਹਦੀ ਗਾਮੇ ਭਲਵਾਨ ਦੀ ਜਾਰੇ ਭਲਵਾਨ ਦੀ ਇਹਨਾਂ ਦੀ ਗੱਲ ਕਰ ਰਹੇ ਆ ਜਿਹੜਾ ਇਸ ਟਾਈਮ ਜਿੱਥੇ ਮੈਂ ਜਿਮ ਜਾ ਰਿਹਾ ਵਾਂ ਇਹ ਤੁਸੀਂ ਉਹ ਜਿਹੜਾ ਨੀ ਹੁੰਦਾ ਰਾਡ ਜਿਹੜਾ ਹੁੰਦਾ ਲੰਬਾ ਜਿਹਦੇ ਵਿੱਚ ਉਹ ਪਲੇਟਾਂ ਪਾਈ ਦੀਆਂ ਫਰੀ ਸਾਹਿਬ ਇੰਨੀ ਕੁ ਜਗ੍ਹਾ ਰਹਿ ਜਾਂਦੀ ਹੈ ਸਿਰਫ ਇੰਨਾ ਪੜਨ ਲਈ ਬਾਕੀ ਸਾਰੀਆਂ ਪਲੇਟਾਂ ਹੀ ਮਿਲਣਾ ਨਹੀਂ ਨਹੀਂ ਮੁੰਡਾ ਹੈਗਾ ਉੱਥੇ ਉਹ ਕਰਦਾ ਮੈਂ ਵੀ ਭਲਵਾਨ ਆ ਮੈਂ ਵੀ ਬੜਾ ਕੁਛ ਖਾਧਾ ਮੈਂ ਕਿਹਾ ਕੀ ਕਹਿੰਦਾ ਗਰੀਬਾਂ ਦਾ ਮਾਲ ਆਕਸੀਜਨ ਦਾ ਇੰਤਜ਼ਾਮ ਨੀ ਹੈ ਬੜਾ ਗੈਸ ਹੁੰਦੀ ਉਹ ਜਿਹੜਾ ਸਿਲੰਡਰ ਆ ਤੇ ਤੈਨੂੰ ਤੇ 2 ਮਿੰਟ ਬਾਅਦ ਉਹਦੀ ਲੋੜ ਪੈਣੀ ਐਵੇਂ ਸਾਡੇ ਪੇਟੇ ਪੈ ਜਾਂਗਾ ਜਾ ਮੇਰਾ ਭਰਾ ਵਾਪਸ ਇੱਕ ਸ਼ਾਦੀ ਤੇ ਗਿਆ ਭਾਈ ਫੈਸਲ ਤੇ ਭੁੱਲ ਗਿਆ ਨਹੀਂ ਨਹੀਂ ਭੁੱਲ ਗਿਆ ਛਾਤੀ ਤੇ ਗਿਆ ਮਿਠਾਈ ਦਾ ਡੱਬਾ ਚੱਕਿਆ ਉਹਨੇ ਦੇਖਦਾ ਜਿਮ ਕਰ ਲਾ ਪਿਆ ਡੋਲਿਆਂ ਯਾਦਾਸ਼ਤ ਇੰਨੀ ਕਮਜ਼ੋਰ ਸੀ ਬੁੱਢੀ ਦਾ ਘੁੰਡ ਚੁੱਕਿਆ ਤੈਨੂੰ ਕਹਿੰਦਾ ਬਾਬਾ ਜੀ ਸਿਆਲ ਕੋਟ ਇੰਨੀ ਯਾਦਾਸ਼ਤ ਕਮਜ਼ੋਰ ਜਿਮ ਗਿਆ ਪਲੇਟਾਂ ਹੀ ਪਾਈ ਗਿਆ ਪਲੇਟਾਂ ਪਾ ਪੂ ਕੇ ਜਦੋਂ ਖੜਾ ਆ ਭੁੱਲ ਗਿਆ ਤੇ ਬਾਹਰ ਆ ਕੇ ਛੱਲੀ ਲੈ ਕੇ ਸਾਈਡ ਦੇ ਬੈਗ ਪਾ ਪਤਾ ਹੀ ਨਹੀਂ ਉਸਤਾਦ ਜੀ ਦੀ ਵੀ ਇੰਨੀ ਯਾਦਾਸ਼ਤ ਕਮਜ਼ੋਰ ਜਿਮ ਵਾਲੀਆਂ ਪਲੇਟਾਂ ਨਹੀਂ ਹੁੰਦੀਆਂ ਉਹ ਪਲੇਟ ਨੂੰ ਸਿੱਧੀ ਕਰਕੇ ਉਹਦੇ ਚੋਲ ਬਾਗ ਆਣ ਡੇ ਅੱਛਾ ਯਾਦਾਸ਼ ਕਮਜ਼ੋਰ ਹੋਵੇ ਤਾਂ ਪਲੇਟ ਦੇ ਉਹ ਮਸਤ ਹੁੰਦਾ ਬੰਦਾ ਯਾਦਾਸ਼ ਕਮਜ਼ੋਰ ਹੀ ਹੁੰਦੀ ਕਿ ਪਲੇਟਾਂ ਪਾਈ ਗਿਆ ਤੇ ਖਲੋਤਾ ਤੇ ਚੁੱਕਣ ਨਹੀਂ ਗਿਆ ਤੇ ਉਹ ਆਇਆ ਜਿਹੜਾ ਉਹ ਟ੍ਰੇਨਰ ਕਹਿੰਦਾ ਹਾਂ ਵੀ ਚੁੱਕ ਕਹਿੰਦਾ ਕੀ ਮੈਂ ਪਾਗਲ ਹਾਂ ਕਹਿੰਦਾ ਜਿੰਨੇ ਪਾਈਆਂ ਉਹ ਚੁੱਕੇ ਪਲੇਟਾਂ ਦੇ ਵੇਖ ਤੂੰ ਕਿੰਨੀਆਂ ਪਾਤੀਆਂ ਆਪਣੇ ਬੱਚੇ ਨੂੰ ਸਕੂਲੇ ਛੱਡਣ ਜਾਣ ਡੇ ਤੇ ਭੁੱਲ ਗਏ ਤੁਹਾਨੂੰ ਕਹਿੰਦਾ ਜਾ ਖਰਾਬ ਹੋਣਾ ਵਾ ਮਿੱਠੇ ਨੇ ਇਲੈਕਸ਼ਨ ਲੈਣਾ ਸੀ ਤੇ ਬੋਕਸਿੰਗ ਕਲੱਬ ਤੋਂ ਪਾਸ ਕਰ ਦਿੰਦੇ ਫਿਜ਼ੀਕਲੀ ਲੜਨਾ ਇਹ ਵੀ ਇਲੈਕਸ਼ਨ ਦਾ ਖੜਾ ਤਕਰੀਰ ਕਹਿਣਾ ਸਾਰਿਆਂ ਨੂੰ ਏਦਾਂ ਕਰੀ ਜਾਵੇ ਜਿਹਨੇ ਵੋਟ ਭਾਵੇਂ ਮੈਂ ਦੇਖ ਲਾਂਗਾ ਹੱਥ ਮੇਰੀ ਉਸਤਾਦ ਜਿਹੜੀ ਡਬਲਯੂ ਡਬਲਯੂ ਈ ਆ ਨਾ ਸਾਰੀ ਸ਼ੋਅ ਆ ਲੋਕਾਂ ਨੂੰ ਪਤਾ ਬੱਚਾ ਕਿੱਥੇ ਰਹਿੰਦਾ ਗਵਾਚ ਗਿਆ ਮਸੀਤੀਓ ਦਾ ਐਲਾਨ ਕਰਾ ਰਿਹਾ ਕਿ ਗੁੱਡਾ ਤੇ ਉਹਦਾ ਪਿਓ ਭੁੱਲ ਗਵਾਚ ਗਏ ਆ ਇੰਨੀ ਯਾਦਾਸ਼ ਕਮਜ਼ੋਰ ਆ ਭਾਈ ਫੈਜ਼ ਦਾ ਮੁੰਡਾ ਕਹਿੰਦਾ ਪਾਪਾ ਕਹਿੰਦਾ ਅੱਲਾ ਕਿਸੇ ਨੂੰ ਯਤੀਮੀ ਨਾ ਦਿਖਾ ਦੇ ਮੈਨੂੰ ਬਾਬਾ ਕਹੀ ਜਾਂਦਾ ਯਾਰ ਕਿੰਨੀ ਕੁ ਉਮਰ ਆ ਯਾਰ ਅੱਛਾ ਪਹਿਲੀ ਤੇ ਆਖਰੀ ਗੱਲ ਬਦਾਮਾਂ ਵਾਲੀ ਤੋਂ ਬਾਅਦ ਜੰਗ ਲੜਨ ਦਿਆ ਦੁਸ਼ਮਣਾਂ ਨੇ ਭੁੱਲ ਗਿਆ ਤੇ ਤਕਲੋ ਗਿਆ ਕਰਕੇ ਉਹਨਾਂ ਨੇ ਪਿੱਛੋਂ ਆ ਕੇ ਪਰੋਤਾ ਹੈ ਤੇ ਉਹਨੂੰ ਕਹਿੰਦਾ ਯਾਰ ਮੈਂ ਕੀ ਕਿਹਾ ਕਰੀ ਬੱਚੇ ਲੈ ਕੇ ਸਹੁਰੇ ਗਿਆ ਤੇ ਭੁੱਲ ਗਿਆ ਰੇਸ ਜੰਗ ਲੜਨ ਦਿਆ ਤੇ ਭੁੱਲ ਗਿਆ ਤੇ ਡਰ ਕੇ ਬਾਹਰ ਆ ਕੇ ਲੋਕਾਂ ਨੂੰ ਕਹਿੰਦਾ ਉਧਰ ਨਾ ਜਾਇਓ ਤੇ ਲੜਾਈ ਹੋ ਗਈ ਘੋੜੇ ਘੋੜੇ ਤੇ ਜਾ ਰਿਹਾ ਜੰਗ ਲੜਨ ਤੇ ਭੁੱਲ ਗਿਆ ਤੇ ਉਹ ਜੰਗ ਸਾਰੀ ਨੰਗ ਨੂੰ ਵਿੱਚੋਂ ਪਰ ਇਹਨੂੰ ਸਰਬੋਧਿਆ ਨਿਕਲ ਗਿਆ ਤਲਵਾਰ ਸਮੇਤ ਹੀ ਖਾਲਾਂ ਦੇ ਘਰ ਬਣ ਗਿਆ ਜਾ ਉਹ ਕਹਿੰਦੀ ਕਿੱਧਰ ਕਹਿੰਦਾ ਇਹ ਤਾਂ ਮੈਨੂੰ ਸਮਝ ਆਉਣ ਨਹੀਂ ਨਹੀਂ ਜੰਗ ਲੜਨ ਜਾ ਰਿਹਾ ਘੋੜੇ ਤੇ ਜਾ ਰਿਹਾ ਉਹਨਾਂ ਦੀ ਫੌਜ ਦੇ ਵਿੱਚ ਰਲ ਗਿਆ ਜਾ ਕੇ ਤੇ ਉਹ ਮੈਜਰ ਨੂੰ ਕਹਿੰਦਾ ਸਲਾਮ ਅਲੈਕੁਮ ਭਾਜੀ ਤੇ ਵਾਪਸ ਦੌੜ ਯਾਦਾਸ਼ਤ ਉਹਨੇ ਜੰਗ ਲੜਨੇ ਆ ਤੇ ਯਕਦਮ ਭੁੱਲ ਗਿਆ ਵੀ ਜੰਗ ਲੜਨੇ ਜੇ ਤੂੰ USB ਕਰਕੇ ਕਹਿੰਦਾ ਗਾਣੇ ਭਰ ਦਿੱਤਾ
ਬਾਦਸ਼ਾਹ ਦੇ ਪਿੱਛੇ ਨਾ ਦਰਬਾਰ ਉਹ ਸੀ ਤੇ ਖਲੋਤਾ ਖਲੋਤਾ 40 ਸਕਿੰਟ ਬਾਅਦ ਸਾਰਾ ਕੁਛ ਭੁੱਲ ਗਿਆ ਤੇ ਇੰਜ ਦੇਖ ਦੋ ਕਹਿੰਦਾ ਬਾਦਸ਼ਾਹ ਨੂੰ ਕਹਿੰਦਾ ਭਾਈ ਤੁਸੀਂ ਕੌਣ ਹੋ ਜੰਗ ਲੜਨ ਗਿਆ ਤਾਂ ਸਾਰਾ ਲਿਬਾਸ ਪਾਇਆ ਸ਼ੇਰਵਾਨੀ ਤੇ ਐਂ ਕਰੀ ਜਾਣ ਡਿਆ ਉਹ ਨਾਲ ਦੱਸ ਪਾਈ ਨਾ ਕੀ ਕਹਿੰਦਾ ਯਾਰ ਕੱਲ ਵਾਲ ਕਟਾਏ ਨਹਾਤਾ ਨੀ ਹੈਗਾ ਜੰਗ ਲੜਨ ਦੇ ਵਾਲ ਲੜਨ ਨਾਲ ਲੜ ਜੰਗ ਲੜਨ ਗਿਆ ਦੁਸ਼ਮਣ ਨਾਲ ਪਤਾ ਕੋਈ ਇੱਥੇ ਨਾ ਮਾਰੀ ਫੋੜਾ ਵਾ ਇੱਥੇ ਨਾ ਮਾਰੀ ਜੰਗ ਲੜਨ ਗਿਆ ਸਾਰਾ ਜੰਗ ਜੂ ਨਾਲ ਲਿਬਾਸ ਪਾਏ ਸੀ ਕਿਤੇ ਗਾਲ ਆ ਗਈ ਛੋਟਾ ਮੋਬਾਇਲ ਨੇ ਅੰਦਰ ਪਾਇਆ ਸੀ ਸਾਰਾ ਲਿਬਾਸ ਆ ਤਾਂ ਕਰਕੇ ਥੱਲੇ ਉਹਦੀ ਹੱਥ ਬਾਗ ਮੋਬਾਇਲ ਪਠਾਣਾ ਦਾ ਟਰੱਕ ਭੜਕ ਬੈਠਾ ਤੂੰ ਕੌਣ ਉਹ ਬਹਿ ਆ ਪਰੇ ਪੈਸਾ ਤੇਰਾ ਮੂੰਹ ਭਾਈ ਜੰਗ ਹੋਣ ਦੀ ਉਦੋਂ ਦੁਸ਼ਮਣ ਚੜੇ ਤੁਸੀਂ ਪਾਸ ਕਦੇ ਉਹ ਮੈਂ 10 ਮਿੰਟ ਘਰ ਚ ਭਤੀਜਾ ਆਇਆ ਮੁਰਸ਼ਦ ਆਇਆ ਸਾਹ ਜੀ ਇਹਦੀ ਯਾਦਾਸ਼ਤ ਕਮਜ਼ੋਰ ਸੀ ਇਹਦੇ ਪਹਿਲੇ ਭਰਾ ਨੇ ਹੱਥ ਚੁੰਮਿਆ ਦੂਜੇ ਨੇ ਵੀ ਹੱਥ ਚੁੰਮਿਆ ਇਹਨੇ ਹੱਥ ਪੜ ਕੇ ਦੰਦੀ ਵੜਦੀ ਹੁੰਦੀ ਮੁਰਸ਼ਦ ਆਏ ਬਾਹਰ ਤੇ ਬੂਆ ਖੋਲ ਕੇ ਵੇਖਿਆ ਤੇ ਕਹਿੰਦਾ ਮੁਰਸ਼ਦ ਆ ਤੇ ਭੁੱਲ ਗਿਆ ਬੂਆ ਬੰਦ ਕਰਕੇ ਕਹਿੰਦਾ ਮੈਂ ਆਉਂਦਾ ਉਹ ਸਾਰੀ ਦਿਹਾੜੀ ਬਾਹਰ ਖਲੋ ਮੁਰਸ਼ਦ ਆਇਆ ਤੇ ਉਹਨੂੰ ਬਾਰ ਬਾਰ ਪੁੱਛੀ ਜਾਵੇ ਕੀ ਪਰੇਸ਼ਾਨੀ ਹੈ ਕੀ ਮਸਲਾ ਅੱਛਾ ਮਜ਼ਦੂਰ ਸੀ ਨਾ ਤੇ ਉੱਤੇ ਖਲੋਤਾ ਇੱਟਾਂ ਫੜਨ ਦਿਆ ਥੱਲੇ ਉਹ ਮਜ਼ਦੂਰ ਇੱਟਾਂ ਸੁੱਟਣ ਦਿਆ ਤੇ ਉੱਤੋਂ ਇੱਟਾਂ ਕੈਚ ਕਰਨ ਦੇ ਆ ਤੇ ਹੁਣ ਕੈਚ ਕਰਦਾ ਕਰਦਾ ਨਾ ਭੁੱਲ ਗਿਆ ਉਹਨੇ ਇੱਟ ਸੁੱਚੀ ਹੈ ਤੇ ਫੜੀ ਨੀ ਇੱਟ ਫੜ ਕੇ ਨਾ ਤੇ ਕਿਤੇ ਭੁੱਲ ਕੇ ਕਹਿੰਦਾ ਇਹ ਮੇਰੇ ਵਾਲ ਕਾਹਤੋਂ ਸਿੱਟੀ ਜਾਂਦੇ ਮਿਸਤਰੀ ਸੀਗਾ ਤੇ ਕੰਧ ਬਣਾਉਣ ਦਿਆ ਤੇ ਭੁੱਲ ਗਿਆ ਤੇ ਜ਼ੇਨ ਚ ਆ ਗਿਆ ਕਿ ਪਤਾ ਨੀ ਮੈਨੂੰ ਢਾਣ ਦਾ ਟੇਕਾ ਮਿਲਿਆ ਨਹੀਂ ਪਲਸਤਰ ਕਰ ਰਿਹਾ ਜਦੋਂ ਇੱਕ ਪਲਸਤਰ ਕਰ ਲੈਂਦਾ ਸੀ ਤੇ ਭੁੱਲ ਜਾਂਦਾ ਸੀ ਫਿਰ ਪਲਸਤਰ ਕਰ ਦਿੰਦਾ ਤੇ ਪਲਸਤਰ ਕਰ ਕਰ ਪੂਰਾ ਉਹਨਾਂ ਦਾ ਘਰ ਭਰ ਦਿੱਤਾ ਜਾਂਦਾ ਇੱਕੋ ਕੰਧ ਤੇ ਹੀ ਉਹ ਕੰਧ ਇੱਧਰਲੀ ਕੰਧ ਦੇ ਨਾਲ ਲੱਗਣ ਲੱਗ ਪਈ ਕਮਰਾ ਪਲਸਤਰ ਕਰਾਇਆ ਤੇ ਆਗ ਲੱਗ ਗਿਆ ਯਹਾਂ ਕੂੜਾ ਪੈਕ ਨੰਬਰ ਆਇਆ ਉਹ ਕਮਰੇ ਚ ਕੌਣ ਮਰਦਾ ਵਾ ਡਾਕਟਰ ਸਾਹਿਬ ਜੀ ਇੱਕ ਬੰਦਾ ਹਾਰ ਦਾ ਪ੍ਰਸ਼ਨ ਕਰਦਾ ਕਹਿੰਦਾ ਭੁੱਲ ਗਿਆ ਤੇ ਉਹਦਾ ਦਿਲ ਕੱਢ ਗਿਆ ਘੁਮਾਉਣ ਲੱਗ ਗਿਆ ਬਾਦਸ਼ਾਹ ਦੇ ਮਗਰ ਪੱਖਾ ਚੱਲਣ ਡਿਆ ਏਦਾਂ ਤੇ ਭੁੱਲ ਗਿਆ ਕਿ ਬਾਦਸ਼ਾਹ ਉਹਦੇ ਕੋਲ ਜਾ ਕਹਿੰਦਾ ਬੁੱਲੜੀ ਹੋਇਆ ਕਹਿੰਦਾ ਉਹ ਪੱਖੀਆਂ ਨੀ ਜਿਹੜੇ ਚੱਲਦੇ ਹੁੰਦੇ ਉਹਨਾਂ ਨੂੰ ਜਾ ਕੇ ਚੱਲ ਰਿਹਾ ਤੇ ਭੁੱਲ ਗਿਆ ਤੇ ਪੱਖੀ ਲਾ ਕੇ ਬਾਦਸ਼ਾਹ ਇੰਜ ਖਲੋਤਾ ਪੱਖੀ ਚੱਲ ਰਿਹਾ ਤੇ ਭੁੱਲ ਗਿਆ ਤੇ ਥੋੜੀ ਦੇਰ ਬਾਅਦ ਤੈਨੂੰ ਕਹਿੰਦਾ ਤੇਰੀ ਵਾਰੀ ਚੱਲ ਜੰਗ ਜੂ ਸੀ ਫੁੱਲ ਜੰਗ ਲੜਨ ਵਿੱਚ ਵਖੋਇਆ ਤੇ ਸ਼ਰਾਰਤੀਗੜ ਕਵਰ ਵਿੱਚ ਲੱਗ ਗਿਆ ਕਵਰ ਇਹ ਜੰਗ ਲੜਨ ਦੇ ਆ ਤੇ ਫਰੈਂਡਲੀ ਜੰਗ ਲੜ ਰਿਹਾ ਅਗਲਿਆਂ ਦੇ ਨਾਲ ਵੀ ਤਰਸ ਖਾ ਰਿਹਾ ਤੇ ਹੈਂਡ ਫਰੀ ਕੱਢ ਕੇ ਆਪਣੇ ਕੰਨ ਨੂੰ ਲਾ ਇੱਕ ਦੁਸ਼ਮਣ ਨੂੰ ਲਾ ਕੇ ਤੇ ਜਿੰਨੀ ਕੁ ਹੈਂਡ ਫਰੀ ਦੀ ਲੈਂਥ ਨਾ ਉਨੇ ਕੁ ਹੋ ਕੇ ਦੋਵੇਂ ਲੜਨ ਦੇ ਨਾਲ ਤੇ ਨਾਲ ਅਗਲਾ ਬੰਦਾ ਕਹਿ ਰਿਹਾ ਉਹ ਯਾਰ ਇਹ ਗਾਣਾ ਤੇ ਬਦਲ ਪਈ ਉਹਦੇ ਇੰਜ ਕਰਕੇ ਆਪਣੇ ਉਹਨੇ ਤਲਵਾਰ ਮਾਰਤੀ ਅੰਦਰ ਵੱਜ ਗਈ ਤੇ ਕਹਿੰਦਾ ਓਏ ਆ ਲਾਉਣਾ ਵੀ ਧੂੜਾ ਲਾ ਫਰੀ ਦੇ ਜੰਗ ਲੈਣ ਗਿਆ ਉਹਨਾਂ ਨੇ ਤਲਵਾਰ ਦਿੱਤੀ ਤੇ ਸ਼ਾਵਰ ਦੇ ਤੇਜਾਬ ਪਾ ਕੇ ਉਹਨਾਂ ਨੂੰ ਤੇਜਾਬ ਫਟਾਉਂਦਾ ਸ਼ਾਵਰ ਚ ਤੇਜਾਬ ਪਾ ਜੰਗ ਮੁੱਕੀ ਉਹਨਾਂ ਦੇ ਭਾਈ ਜੰਗ ਵਿੱਚ ਸਾਰੇ ਸਰਜਰੀਆਂ ਕਰਾਉਂਦੇ ਫਿਰ ਤਲਵਾਰ ਦੇ ਦਿੱਤੀ ਸ਼ਾਵਰ ਚ ਤੇਜ਼ਾਬ ਪਾ ਕੇ ਉਹਨਾਂ ਨੂੰ ਛੁਪੇ ਮਰਿਆ ਕੋਈ ਨੀ ਦੱਬ ਕੜੁੱਬੇ
ਜੰਗ ਤੇ ਗਿਆ ਵਾ ਤੇ ਲੜਨ ਨੀ ਡਿਆ ਉਦੇ ਖਲੋਤਾ ਉਹ ਕਹਿੰਦੇ ਲੜਦਾ ਨੀ ਕਹਿੰਦਾ ਭਾਜੀ ਮੈਨੂੰ ਦੱਸਿਆ ਕਿਸੇ ਨੇ ਨਹੀਂ ਜੰਗ ਲੜਨ ਗਿਆ ਵਾ ਥੋੜਾ ਥੋੜਾ ਫੌਜੀ ਆਇਆ ਉਹਦੇ ਸਾਹਮਣੇ ਕਹਿੰਦਾ ਇੱਕ ਮਿੰਟ ਖਲੋ ਫੋਨ ਮਿਲਾਇਆ ਨੂੰ ਜੁਮੀ ਆ ਦੁਸ਼ਮਣ ਦੇਰ ਕਰਨ ਵਾਲਾ ਤਵੀਤ ਬੰਦ ਕਰ ਜਰਾ ਉਹਨੂੰ ਵੈਸੇ ਤਲਵਾਰ ਮਾਰ ਤੂੰ ਉੱਥੇ ਨਜੂਮੀ ਉੱਥੇ ਕੀ ਕਰੂਗਾ ਯਾਰ ਮਾਰ ਇਹਦੇ ਚਪੇੜ ਮਾਰ ਦੇ ਬਗੈਰ ਤੇ ਸਮਝ ਨਹੀਂ ਆ ਰਹੀ ਗੱਲ ਅੱਛਾ ਉਹ ਜਿਹੜੀ ਗੱਲ ਉਹਨੇ ਕੀਤੀ ਭਾਵੇਂ 100 ਤੋਂ ਬਾਅਦ ਲੇਕਿਨ ਕਿੱਡੀ ਅੱਛੀ ਤਨ ਮੈਂ ਕਹਿਣੀ ਉਹਨੇ ਤਿੰਨ ਗੱਲਾਂ ਜਿੰਨੀ ਕੱਢ ਲਓ ਤੁਸੀਂ ਹਾਂ ਕਹਿੰਦੇ ਯਾਦਦਾਸ਼ ਕਮਜ਼ੋਰ ਜੀ ਤੇ ਬਦਾਮ ਬੰਨੇ ਦੂਜੀ ਕਿਹੜੀ ਸੀ ਉਹ ਠੰਡਾ ਕਰਕੇ ਲਵਾਂ ਬੁਖਾਰ ਚੜੇ ਤੇ ਉਹਨੂੰ ਠੰਡਾ ਕਰਕੇ ਮੱਥੇ ਤੇ ਲਾ ਤਲਵਾਰ ਨੀ ਲੱਭੀ ਜੰਗ ਲੜ ਗਿਆ ਤਲਵਾਰ ਨੀ ਲੱਭੀ ਤੇ ਸ਼ਾਵਰ ਚ ਤਸਾਹ ਪਾ ਕੇ ਉਹਨੇ ਇੱਧਰ ਪਾਈਦਾ ਉਹਨੂੰ ਕੀ ਕਹਿੰਦਾ ਨਹੀਂ ਨਹੀਂ ਇਹਦੇ ਤਲਵਾਰ ਉਹਨੇ ਕਹਿੰਦਾ ਤੂੰ ਤਲਵਾਰ ਮੇਰੀ ਲੈ ਭਾਈ ਜੱਗ ਤੇ ਗਿਆ ਇੱਧਰ ਤਲਵਾਰ ਫੜੀ ਤੇ ਢਾਲ ਫੜ ਕੇ ਵਿੱਚ ਸ਼ਵਾਰਮਾ ਹੀ ਫੜਿਆ ਕਰ ਢਾਲ ਚ ਕਿਤੇ ਨਜ਼ਰੀ ਨਾ ਸ਼ਵਾਰਮਾ ਫੜਿਆ ਉਹ ਢਾਲੇ ਚ ਪਾ ਕੇ ਇੱਥੇ ਸ਼ਵਾਰਮਾ ਫੜਿਆ ਸ਼ਵਾਰਮਾ ਦਿੱਤਾ ਹਮਲਾ ਕਰਕੇ ਨਾਲ ਹੀ ਫੁੱਕੀ ਬੇਸਿਕਲੀ ਢਾਲ ਇੱਥੇ ਹੁੰਦੀ ਹੈ ਇੰਜ ਪਾ ਕੇ ਇੰਜ ਉਹਦੇ ਇੱਥੋਂ ਇੱਕ ਮੋਟ ਹੁੰਦੀ ਉਹਨੂੰ ਮੋਟ ਫੜੀ ਹੁੰਦੀ ਤੇ ਮੋਟ ਦੀ ਜਗ੍ਹਾ ਤੇ ਸ਼ਵਾਰਮਾ ਫੜਿਆ ਤੇ ਕਰਕੇ ਨਾਲ ਗੋਗ ਰਿਹਾ ਤਲਵਾਰ ਜੰਗ ਲੜਨ ਤਲਵਾਰ ਫੜੀ ਅੱਜ ਉਹਨਾਂ ਦੇ ਵਿੱਚ ਗਿਆ ਤੇ ਉਦੋਂ ਚਾਰ ਪੰਜ ਜਣੇ ਆ ਗਏ ਤੇ ਕਹਿੰਦਾ ਮੈਂ ਤੇ ਭਾਈ ਘਾਹ ਵੱਢਣ ਆਇਆ ਵਾ ਉਸੇ ਹੱਥ ਚ ਤਲਵਾਰ ਫੜੀ ਉਸ ਚ ਢਾਲ ਫੜੀ ਮੈਂ ਕਿਹਾ ਤੂੰ ਢਾਲ ਇੱਧਰ ਪਾ ਕਹਿੰਦਾ ਟੈਟੂ ਲੁਕ ਜਾਣਾ ਉਹਨਾਂ ਦੀ ਵਰਦੀ ਹੋਰ ਆ ਇਹਦੀ ਵਰਦੀ ਹੋਰ ਆ ਤੇ ਉਹਨਾਂ ਦੀ ਵਰਦੀ ਵੀ ਇੱਕ ਜਲਟ ਨਾਲ ਚਾਪਰ ਚ ਪਾਈ ਢਾਲ ਲੈ ਗਿਆ ਤੇ ਏਡੀ ਭਾਰੀ ਉਹਨੂੰ ਥੱਲੇ ਰਗੜਦਾ ਲਈ ਆਉਂਦੇ ਚੁੱਕੀ ਨੀ ਜਾਂਦੇ ਉਹ ਮਾਰਨ ਲੱਗਾ ਅਗਲਾ ਕਹਿੰਦਾ ਕਿਵੇਂ ਠਹਿਰ ਢਾਲ ਬਣ ਕੇ ਲੜਨ ਗਿਆ ਉਹਨੇ ਤਲਵਾਰ ਮਾਰੀ ਤੇ ਮੂੰਹ ਸਾਰਾ ਕਾਲਾ ਹੋ ਗਿਆ ਕਹਿੰਦਾ ਆ ਕਹਿੰਦਾ ਤਵੀ ਬੰਨੀ ਹੈ ਯਾਰ ਤਵੀ ਬੰਨੀ ਰੋਟੀਆਂ ਲਈ ਤਵੀ ਬੰਨੀ ਜੰਗ ਸ਼ੁਰੂ ਹੋਣੀ ਸੀ ਤੇ ਪਹਿਲੇ ਆਪਣੀ ਢਾਲ ਸੁੱਟ ਕੇ ਕਹਿੰਦਾ ਚਲੋ ਤਾਰਾ ਆ ਗਿਆ ਬਈ ਢਾਲ ਨਹੀਂ ਹੁੰਦੀ ਸਾਜੀ ਦੂਸਰੇ ਫੌਜੀ ਦੀ ਢਾਲ ਨਾਲ ਲਾ ਕਹਿੰਦਾ ਢਾਲ ਇਸੇ ਢਾਲ ਸੀਪਾ ਸਲਾਰ ਸੀ ਭਾਈ ਜੰਗ ਤੋਂ ਪਹਿਲੇ ਟਾਸਕ ਕਰੇ ਕਹਿੰਦਾ ਤੁਹਾਡਾ ਵਾਰ ਆਇਆ ਜੀ ਅਗਲੇ ਬੰਦੇ ਨੂੰ ਦੁਸ਼ਮਣ ਦੇ ਫੌਜੀ ਨੂੰ ਮਾਰੀ ਜਾ ਰਿਹਾ ਉਹ ਗੋਟ ਵਿਸ਼ਕੈ 8-10 ਮਾਰ ਢਾਲ ਕੇ ਕਰਕੇ ਉਹਨੂੰ ਕਹਿੰਦਾ ਯਾਰ ਇੱਕ ਤੇ ਮਾਰ ਲੈਂਦਾ ਯਾਰ ਮਗਰਾਂ ਦੀ ਹਿਲਾ ਚਲਾ ਗਿਆ ਉਹਨੂੰ ਤਲਵਾਰਾਂ ਵੱਜੀਆਂ ਹੋਈਆਂ ਸਭ ਤਰ੍ਹਾਂ ਸੀ ਤਲਵਾਰਾਂ ਚਮੇੜ ਲੈ ਤੇ ਦੌੜ ਲਾ ਦੀ ਪਿੱਛੇ ਨੂੰ ਕਹਿੰਦਾ ਲੱਤ ਵੀ ਲੈਣ ਮਕਰਾਂ ਦੀ ਸੀ ਢਾਲ ਲੈ ਗਿਆ ਉਹ ਮਾਰਦੇ ਸੀ ਬਾਹਰ ਤੋਂ ਖਲੋਤੇ ਯਾਰ ਆ ਕੇ ਤੇ ਇੰਨਾ ਢੇਰ ਚਮੇੜ ਕੇ ਲੈ ਆਉਣਾ ਦੂਜੀ ਵਾਰੀ ਜੰਗ ਲੜ ਗਿਆ ਤੇ ਲੋਕੀ ਥੱਲੇ ਚਮੜਾ ਰੱਖ ਦਿੱਤੇ ਮਾਰ ਉਹ ਹਰ ਢਾਲ ਨੂੰ ਉਹੀ ਸਮਝੀ ਜਾ ਰਹੇ ਭਾਜੀ ਮੱਕੜਾ ਤੀਜਾ ਲਈ ਜਿਹੜਾ ਇੱਥੇ ਵਾਰ ਕਰਦਾ ਸੀ ਬਾਅਦ ਚੋਂ ਪਟਾਕੇ ਕੱਢਣ ਉਹ ਲੈ ਗਏ ਮੈਨੂੰ ਪਤਾ ਤਲਵਾਰ ਖਿੱਚ ਲੈ ਇੱਕ ਵਾਰੀ ਮੱਕਣ ਦੀ ਸਾਲ ਲੈ ਗਿਆ ਤੇ ਉਹਨਾਂ ਨੇ ਕੀ ਇੰਤਜ਼ਾਮ ਕੀਤਾ ਉਹਨਾਂ ਨੇ ਰੁੱਸ ਗਿਆ ਭਾਗ ਰਿਹਾ ਤਲਵਾਰਾਂ ਦੀਆਂ ਮੁੱਠਾਂ ਨੂੰ ਵੀ ਬੰਨੀ ਜਾਂਦਾ ਚਿੰਬੜ ਜੀ ਦੇ ਸੀ ਖਿੱਚ ਲੈ
ਢਾਲ ਦੇ ਪਿੱਛੇ ਸ਼ੀਸ਼ਾ ਲਾਇਆ ਸੀ ਜਦੋਂ ਦੁਸ਼ਮਣ ਵਾਰ ਕਰਦੇ ਇੰਜ ਕਰਕੇ ਬਣਦੇ ਤੇਰੇ ਵਾਲੀ ਗੱਲ ਹੋਰ ਇਹ ਜ਼ਿਆਦਾ ਮਜ਼ਾ ਕਿ ਜੰਗ ਲੜਦੇ ਸਾਹਮਣੇ ਕਿਉਂਕਿ ਪਿੱਛੋਂ ਵੀ ਅਮਰਾਂ ਦਾ ਸੈਡ ਚੀਜ਼ੇ ਵੀ ਲਾਏ ਤੇ ਉੱਪਰ ਵੀ ਲਾਇਆ ਪਿੱਛੇ ਵੇਖਣਾ ਸ਼ਕੀਨ ਮਜ਼ਾਜ ਢਾਲ ਦੇ ਵਿੱਚ ਛੋਟਾ ਜਿਹਾ ਵੂਫਰ ਵੀ ਲਵਾਇਆ ਗਾਣੇ ਤੋਂ ਤੇ ਢਾਲ ਦੇ ਅੰਦਰ ਨਾ 5 ਮਿੰਟ ਦੀ ਐਲਸੀਡੀ ਵੀ ਲਾਈ ਲੜਦੇ ਲੜਦਾਲ ਉਹ ਹਮਲਾ ਕਰ ਕਹਿੰਦਾ 1 ਮਿੰਟ ਯਾਰ ਐਂਡ ਰਹਿ ਗਿਆ ਪਾਪਾ ਇੱਕ ਮਿੰਟ ਤੇ ਢਾਲ ਦੇ ਅੰਦਰ ਥੋੜੀ ਦੇਰ ਬਾਅਦ ਦੁਸ਼ਮਣ ਵੀ ਤੇ ਆਪ ਵੀ ਥੱਕ ਚੁੱਕੇ ਨਾ ਸਾਰੇ ਦਰਖਤ ਮਿਟ ਕੇ ਢਾਲ ਰੱਖਿਆ ਤੇ ਫਿਲਮ ਵੇਖਣ ਦੁਸ਼ਮਣ ਦਾ ਫੌਜੀ ਨੂੰ ਆਪਸ ਨੂੰ ਮੈਚ ਦਾ ਕੀ ਬਣਿਆ ਗਿਆ ਦਿਖਾ ਦਿੰਦਾ ਮੈਚ ਦਾ ਪੁੱਛ ਤੇ ਰੁਆ ਕੇ ਇੱਕ ਜੰਗ ਹੋਈ ਉਹਦੇ ਚ ਫੜਿਆ ਗਿਆ ਅੱਗੋਂ ਉਹਨਾਂ ਨੇ ਵੀ ਦਾਗ ਮੱਕਣਾ ਦੀ ਤਰੀ ਨਹੀਂ ਉਹਨੇ ਇਹਨੂੰ ਖਿੱਚ ਲਿਆ ਵੀ ਦੋਵੇਂ ਜੁੜੇ ਨੇ ਯਾਨੀ ਜਿਸ ਜਗ੍ਹਾ ਤੇ ਵੇਖ ਰਹੇ ਨੇ ਦੋ ਦੋ ਫੌਜੀ ਢਾਲਾਂ ਨਾਲ ਜੁੜੇ ਆ ਢਾਲਾਂ ਜੁੜੀਆਂ ਉੱਤੋਂ ਦੀ ਮਾਰਨ ਦੇ ਓਏ ਯਾਰ ਨਾਜ਼ਰੀਨ ਯਾਰ ਇੱਕ ਗੱਲ ਲਾਜ਼ਮੀ ਦੱਸਣੀ ਮੈਨੂੰ ਸੱਚੀ ਕਿਆ ਤੁਸੀਂ ਵੀ ਇੰਨਾ ਹੀ ਹੱਸਦੇ ਖੁਸ਼ ਹੁੰਦੇ ਜਿੰਨਾ ਅਸੀਂ ਹੋ ਰਹੇ ਸੀ ਸਹੀ ਦੱਸਣਾ ਜੰਗ ਹੋ ਰਹੀ ਹੈ ਇੱਕ ਕਰੈਕਟਰ ਕੋ ਤਲਵਾਰ ਨਹੀਂ ਤੇ ਸ਼ਾਵਰ ਜਿੱਤ ਦਾ ਪਾ ਕੇ ਛਿੜਕ ਰਹੀ ਤੇ ਛਿੜਕ ਕਿੱਦਾਂ ਰਿਹਾ ਇਕਦਮ ਓਕੇ ਯਾਰ ਨਾਦਰੀਨ ਅੱਲਾ ਹਾਫਜ਼ ਆਪਣਾ ਬਹੁਤ ਖਿਆਲ ਰੱਖੋ ਇੱਦਾਂ ਹੀ ਹੱਸਦੇ ਵੱਸਦੇ ਰਿਹਾ ਕਰੋ ਯਾਰ ਰੱਬ ਰੱਖਾ